ਵਾਲੇਕੁਮ ਦੋਸਤੋ, ਤੁਹਾਨੂੰ ਅਗਲੀ ਕਬੂ ਅਗਲੀ ਅਗਲੇ ਜੋੜੇ ਦਾ ਸ਼ੋਅ ਕਰਾਉਣ ਲੱਗੇ ਹਾਂ। ਇਹ ਕਬੂ ਇਹ ਬੱਚਾ, ਇਹਦੇ ਪਠਾਨਾਂ ਨੂੰ ਵੀ ਬੱਚੇ ਦਿੱਤੇ ਨੇ ਅਤੇ ਮਹੀਦੇ ਨੂੰ ਵੀ ਦਿੱਤੇ ਨੇ। ਅੱਛਾ, ਇਹਦਾ ਤੁਹਾਨੂੰ ਸ਼ੋਅ ਕਰਾਉਣ ਲੱਗੇ ਆ। ਲੱਥਾ ਕਬੂ, ਤੇ ਲੱਥਾ ਕਿੱਥੋਂ ਲਿਆ ਜੇ? ਲੱਥਾ ਘਰ ਦਾ ਹੀ ਹੈ। ਘਰ ਦਾ ਨਹੀਂ ਹੈ, ਉਸ ਦਿਨ ਆਏ ਹਾਂ ਅਸੀਂ ਛੱਤ 'ਤੇ, ਇੱਥੇ ਛੱਤ 'ਤੇ ਆਏ ਹਾਂ ਅਤੇ ਆਹ ਦਰਵਾਜ਼ਾ ਨਹੀਂ, ਆਹ ਦਰਵਾਜ਼ਾ ਜਿਹੜਾ ਵਿੱਚ ਨਜ਼ਰ ਆ ਰਿਹਾ ਇਹ ਇੱਥੇ ਲਗਾ ਫਿਰਦਾ ਸੀ। ਅਤੇ ਮੈਂ ਕਿਹਾ ਯਾਰ ਅੱਜ ਤੱਕ ਲੱਠੇ ਤਾਂ ਫਰੀਤੇ ਨਹੀਂ ਆਇਆ, ਤਾਂ ਇਹਦਾ ਕੀ ਕਰਨਾ? ਉਹ ਮੈਂ ਜਲਦੀ ਜਲਦੀ ਦਰਵਾਜ਼ਾ ਖੋਲ੍ਹਿਆ, ਦਾਣਾ ਸੁੱਟਿਆ ਅਤੇ ਬਹਿ ਗਿਆ, ਦਾਣਾ ਖਾਣ ਲੱਗ ਪਿਆ। ਮੈਂ ਉੱਤੋਂ ਝਪਟਾ ਮਾਰ ਕੇ ਫੜ ਲਿਆ। ਮੈਂ ਕਿਹਾ ਚਲੋ ਕਿਸੇ ਯਾਰ ਦੋਸਤ ਨੂੰ ਗਿਫਟ ਦੇਵਾਂਗੇ ਲੱਠਾ, ਜਿਹਨੂੰ ਸ਼ੌਕ ਹੋਵੇ ਲੱਠੇ ਰੱਖਣ ਦਾ ਉਹ ਸਾਡੇ ਨਾਲ ਰਾਬਤਾ ਕਰ ਸਕਦਾ, ਇਹ ਲੱਠਾ ਨੂੰ ਗਿਫਟ ਲੱਭ ਜਾਏਗਾ। ਵੀਡੀਓ ਬਣਾਉਣ ਦੇ ਵਿੱਚ, ਵੀਡੀਓ ਲਿਆਉਣ ਦੇ ਵਿੱਚ ਇਹਦਾ ਮਕਸਦ ਹੀ ਇਹ ਵੇ ਕਿ ਜਿਹਨੂੰ ਪਸੰਦ ਆਈ ਉਹ ਸਾਡੇ ਕੋਲ ਗਿਫਟ ਲੈ ਸਕਦਾ ਵੀਡੀਓ ਦੇ ਵਿੱਚ। ਲੱਠੇ ਦਾ ਵੀ ਸ਼ੌਕ ਕਰਾਓ ਦੋਸਤਾਂ ਨੂੰ ਅਤੇ ਬੱਚੇ ਦਾ ਵੀ ਸ਼ੌਕ ਕਰਾਓ। ਬੱਚਾ ਤਾਂ ਬਹੁਤ ਸ਼ਾਨਦਾਰ ਹੈ ਨਾ। ਅੱਗ ਚੈੱਕ ਕਰਾਓ ਦੋਸਤੋ, ਇਹਦੀ ਪਿਓਰ ਕਾਲੀ ਹੈ। ਕਸ ਦੇ ਯਾਨੀ ਕਿ ਕਬੂਤਰ ਭਾਈ ਆ ਇਬਰਾਹਿਮ ਕਹਿ ਰਿਹਾ ਇਹਦੀ ਪਿਓਰ ਕਾਲੀ ਅੱਖ ਹੈ ਬੱਚੇ ਦੀ। ਸਹੀ ਹੈ, ਪੰਜੇ ਚੈੱਕ ਕਰਾਓ। ਬਾਰਿਸ਼ ਹੋਈ ਇਸ ਵਜ੍ਹਾ ਤੋਂ? ਬਾਰਿਸ਼ ਕਿੰਨੀ ਕੁ ਹੋਈ ਹੈ ਅੱਜ? ਥੋੜ੍ਹੀ ਹੋਈ ਹੈ ਜ਼ਿਆਦਾ? ਲੋ ਦੋਸਤੋ, ਗੁਜਰਾਤ ਵਿੱਚ ਅੱਜ ਬਾਰਿਸ਼ ਹੋਈ ਹੈ, ਕੋਈ 2.5-3 ਘੰਟੇ 4 ਘੰਟੇ ਬਾਰਿਸ਼ ਹੋਈ ਹੈ, ਲੇਕਿਨ ਗਰਮੀ ਦਾ ਜ਼ੋਰ ਨਹੀਂ ਟੁੱਟਾ, ਗਰਮੀ ਫਿਰ ਹੁੰਦੀ ਹੈ। ਪੁਸ਼ਾ ਚੈੱਕ ਕਰਾਓ। ਸਹੀ ਹੈ, ਇਸ ਤਰੀਕੇ ਨਾਲ ਤੁਹਾਨੂੰ ਅਗਲੀ ਵੀਡੀਓ ਵਿੱਚ ਮਿਲਨੇ ਆ। ਅਗਲੇ ਦੋਨੇ ਮੈਂ ਤੇ ਤੂੰ ਤੇ ਇਹਦੇ ਵੀ ਜਿੰਨੇ ਤੁਹਾਨੂੰ ਬੱਚੇ ਚਾਹੀਦੇ ਨੇ ਉਹਨੇ ਕਮੈਂਟ ਤੇ ਦੱਸ ਉਹਨੇ ਕਮੈਂਟ ਕਰੋ ਤੇ ਲਾਈਕ ਕਰੋ, ਕਮੈਂਟ ਤੇ ਦੱਸੋ, ਕਮੈਂਟ ਕਰੋ ਤੇ ਆਪਣੇ ਦੋਸਤਾਂ ਨਾਲ ਤੇ ਲਾਈਕ ਜ਼ਰੂਰ ਕਰਨੇ ਨੇ। ਠੀਕ ਹੋ ਗਿਆ ਤੇ ਇਸ ਵੀਡੀਓ ਦਾ ਇੱਥੇ ਖਤਮ ਕਰਨੇ ਆ। ਅਸਲਾਮ ਵਾਲੇਕੁਮ। ਓਕੇ।